ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ ਤੁਹਾਡਾ? ਅੱਜ ਮੌੜ ਦੇ ਪਿੰਡਾਂ 'ਚ ਸੀ ਯਾਰ, ਅਤੇ ਹੁਣ ਬਠਿੰਡਾ ਦਾ ਪ੍ਰੋਗਰਾਮ ਕਰਕੇ ਨਿਕਲੇ। ਇਸ ਤੋਂ ਬਾਅਦ ਲੰਬੀ ਜਾਣਾ, ਕੱਲ੍ਹ ਸੁਬਹਾ ਲੰਬੀ ਦੇ ਪਿੰਡ ਹੈ ਲੰਬੀ, ਅਤੇ ਕੋਲਿਆਂ ਵਾਲੀ ਤੋਂ ਸ਼ੁਰੂ ਕਰਨਾ, ਕੋਲਿਆਂ ਵਾਲੀ ਪਿੰਡ ਤੋਂ। ਅੱਜ ਰਾਤ ਨੂੰ ਕੋਲਿਆਂ ਵਾਲੀ ਪਿੰਡ ਸਾਡਾ ਗਰੀਬ ਭਰਾ ਸਰਪੰਚ ਹੈ, ਉਹਦੇ ਘਰ ਰਾਤ ਰੁਕਾਂਗੇ, ਫਿਰ 12:30 ਵਜੇ ਤੁਹਾਨੂੰ ਯਾਦ ਕਰਾਂਗੇ, ਅਤੇ ਜਾਂ ਫਿਰ ਸੁਬਹਾ ਨਾਸ਼ਤੇ 'ਤੇ ਤੁਹਾਨੂੰ ਯਾਦ ਕਰਾਂਗੇ। ਕੀ ਹਾਲ ਹੈ, ਕੀ ਪੁਜੀਸ਼ਨ ਹੈ ਆਪਣੀ, ਥੋੜ੍ਹਾ ਧਿਆਨ ਰੱਖੋ। ਮੈਨੂੰ ਲੱਗਦਾ ਤੁਸੀਂ ਜਿਹੜੇ ਸਾਰੇ ਜਾਣੇ ਹੋ ਉਹ ਫੋਕਸ ਘੱਟ ਕਰ ਰਹੇ ਹੋ ਸੋਸ਼ਲ ਮੀਡੀਆ 'ਤੇ। ਦੁਸ਼ਮਣ ਬੜਾ ਤੇਜ਼ ਹੈ, ਉਹਦੇ ਕੋਲ ਪੇਡ ਬੰਦੇ ਬਹੁਤ ਹੈ, ਪੈਸੇ ਵਾਲੇ ਬੰਦੇ ਬਹੁਤ ਹੈ, ਸੋ ਉਹ ਬਿਠਾਏ ਹੋਏ ਆ ਉਹਨਾਂ ਨੇ ਆਪਦੇ ਜਗ੍ਹਾ 'ਤੇ ਆਪਣੇ ਖਿਲਾਫ ਨੈਗੇਟਿਵ ਕਮੈਂਟਸ ਕਰਨ ਨੂੰ। ਇੱਕ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਸਾਰੇ ਹਲਕਿਆਂ 'ਚ, ਇੱਥੇ ਸਰਦੂਲਗੜ੍ਹ ਆਪਣਾ ਹਲਕਾ ਪੈਂਦਾ, ਬਡਲਾਡਾ ਪੈਂਦਾ, ਮਾਨਸਾ ਪੈਂਦਾ, ਬਰੇਟਾ ਪੈਂਦਾ, ਤਲਵੰਡੀ ਸਾਬੋ ਰਾਮਾ ਮੰਡੀ ਪੈਂਦੀ ਹੈ, ਅਤੇ ਪੁੱਛੋ ਮੰਡੀ ਪੈਂਦੀ ਹੈ, ਗੋਨਿਆਣਾ ਮੰਡੀ ਪੈਂਦੀ ਹੈ, ਨਥਾਣਾ ਮੰਡੀ ਪੈਂਦੀ ਹੈ, ਬਠਿੰਡਾ ਸ਼ਹਿਰ ਹੈ, ਬੋਆ ਭੋਆ ਹੈ ਭੋਆ, ਸੋ ਇਹ ਸਾਰੀਆਂ ਲੰਬੀ ਹੈ, ਇਹ ਸਾਰੀਆਂ ਮੰਡੀਆਂ ਪੈਂਦੀਆਂ। ਔਰ ਕਿੱਲਿਆਂ ਵਾਲੀ ਮੰਡੀ, ਜਿੱਥੇ ਵੀ ਤੁਹਾਡੇ ਕੋਈ ਜਾਣਕਾਰ ਹੈਗੇ ਹੈ, ਰਿਸ਼ਤੇਦਾਰ ਭੈਣ ਭਰਾ, ਉਹਨਾਂ ਨੂੰ ਕਹੋ ਕਿ ਉਹ ਵੱਧ ਤੋਂ ਵੱਧ ਆਪਦੇ ਦੋਸਤਾਂ ਮਿੱਤਰਾਂ ਨੂੰ ਸੁਨੇਹਾ ਲਾਉਣ। ਕਾਫ਼ੀ ਜ਼ਿਆਦਾ ਲੋਕ ਸੁਨੇਹ ਲਾ ਰਹੇ ਹੈ, ਲੇਕਿਨ ਫਿਰ ਵੀ ਅਜੇ ਮੈਨੂੰ ਲੱਗਦਾ ਕਿ ਹੋਰ ਜ਼ਰੂਰਤ ਹੈ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਜਿੰਨੇ ਭਰਾ ਮੇਰੇ ਨਾਲ ਜੁੜੇ ਹੋ, ਵਰੁਣ ਮਲਹੋਤਰਾ ਜੀ, ਜਗਮੀਤ ਸਿੱਧੂ ਸਾਹਿਬ, ਸਾਰੇ ਤੁਸੀਂ ਵੱਧ ਤੋਂ ਵੱਧ ਸੁਨੇਹ ਲਾਓ ਇਹਨਾਂ ਮੰਡੀਆਂ ਦੇ ਵਿੱਚ। ਕੱਲ੍ਹ ਮੈਂ ਲੰਬੀ ਹੈ ਸੁਬਹਾ 7:30 ਵਜੇ ਕੋਲਿਆਂ ਵਾਲੀ, ਦਿਆਲੇ ਕੋਲਿਆਂ ਵਾਲੀ ਦਾ, ਉਹ ਚੋਰ ਦਾ ਪਿੰਡ ਕੱਢਣਾ, ਉਹ ਡਾਕੂ ਦਾ ਜਿਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਲੁੱਟਿਆ। ਸੋ ਹੁਣ ਤਾਂ ਸ਼ਾਇਦ ਭੱਜਿਆ ਪਿਆ, ਉਹਦੇ 'ਤੇ ਪਰਚਾ ਦਰਜ ਹੈ। ਸੋ ਮੇਰਾ ਧਿਆਨ ਰੱਖਿਓ, ਲੜਾਈ ਬਹੁਤ ਨਿਰਣਾਇਕ ਲੜਾਈ ਹੈ, ਸਾਰੇ ਜਾਣੇ ਜੇ ਕੋਈ ਆ ਸਕਦਾ ਮੇਰਾ ਭਰਾ ਬਠਿੰਡੇ, 10 ਦਿਨ ਲਾ ਸਕਦੇ ਹੋ ਮੇਰੇ ਨਾਲ, ਤਾਂ ਮੈਂ ਇਹ ਜ਼ਿੰਦਗੀ ਦੀ ਬਹੁਤ ਵੱਡੀ ਲੜਾਈ ਹੈ, ਮੈਂ ਤੁਹਾਡਾ ਸਾਰੀ ਉਮਰ ਅਹਿਸਾਨਮੰਦ ਰਹਾਂਗਾ। ਜਿੰਨੇ ਲੋਕ ਹੈ ਤੁਸੀਂ 10-10 ਦਿਨ ਅਗਰ ਲਾ ਸਕਦੇ ਹੋ ਤਾਂ ਜਲਦੀ ਬਠਿੰਡੇ, ਬਰੇਟੇ, ਮਾਨਸਾ, ਬਡਲਾਡਾ, ਪੁੱਛੋ, ਸਰਦੂਲਗੜ੍ਹ, ਜਿੱਥੇ ਵੀ ਲਾ ਸਕਦੇ ਹੋ 10 ਦਿਨ, ਮੈਨੂੰ ਕੰਟੈਕਟ ਕਰ ਲਓ। ਐਂਡ ਆਪਣੇ ਆਫਿਸਿਸ ਦੇ ਵਿੱਚ ਉੱਥੇ ਹਰ ਜਗ੍ਹਾ 'ਤੇ ਆਪਣੇ ਮੇਨ ਬੰਦੇ ਬਿਠਾਏ ਹੋਏ ਹੈ, ਸੋ ਜ਼ਰੂਰੀ ਹੈ ਅਗਰ ਤੁਸੀਂ ਆ ਸਕਦੇ ਹੋ ਤਾਂ ਕਮਾਲਾਂ ਹੋ ਜਾਣਗੀਆਂ, ਆਪਾਂ ਬੀਬੀ ਹਰਸਿਮਰਤ ਕੌਰ ਬਾਦਲ ਜੀ ਨੂੰ ਹਰਾ ਦੇਵਾਂਗੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ, ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ, ਸੁਰਿੰਦਰ, ਜਸਪ੍ਰੀਤ, ਮਨੀਸ਼ ਉੱਪਲ। ਸੋ ਸਾਰੇ ਲੋਕ ਥੋੜ੍ਹਾ ਆਪਦੇ ਰਿਸ਼ਤੇਦਾਰੀਆਂ ਕੱਢ ਕੇ ਇੱਥੇ ਜ਼ਰਾ 10-10 ਦਿਨ ਲਾ ਕੇ ਜਾਓ ਅਗਰ ਕਿਸੇ ਕੋਲ ਟਾਈਮ ਹੈ। ਥੈਂਕ ਯੂ, ਗੁੱਡ ਨਾਈਟ। ਜੇ ਮੈਂ ਕੋਲਿਆਂ ਵਾਲੀ ਲੇਟ ਗਿਆ ਤਾਂ ਫਿਰ ਤੁਹਾਨੂੰ ਸੁਬਹਾ ਨਾਸ਼ਤੇ 'ਤੇ ਕੋਲਿਆਂ ਵਾਲੀ ਮਿਲਾਂਗੇ। ਧੰਨਵਾਦ।